ਅੱਜ ਜੇ ਇਸ ਮਕਸਦ ਵਾਸਤੇ ਇਕੱਠੇ ਹੋਏ ਆ, ਕਈ ਵੀਰਾਂ ਦਾ ਇਹ ਇਤਰਾਜ਼ ਹੁੰਦਾ ਆ ਕਿ ਇੱਕ ਕਲਾਕਾਰ ਗਿਆ ਆ, ਪਰ ਅਸੀਂ ਜਾਣਦੇ ਹਾਂ ਕਿ ਮਨੁੱਖ ਜਾਨਵਰ ਨਹੀਂ ਆ, ਉਹ ਇੱਕ ਸੋਸ਼ਲ ਐਨੀਮਲ ਕਿਹਾ ਜਾਂਦਾ ਆ ਜਿਹਦੇ ਵਿੱਚ ਉਹਦੀ ਜ਼ਿੰਦਗੀ 'ਚ ਆਰਟ ਦਾ ਇੱਕ ਵੱਡਾ ਸਥਾਨ ਹੁੰਦਾ ਆ। ਮੈਂ ਇੱਥੋਂ ਗੱਲ ਸ਼ੁਰੂ ਕਰਾਂ ਕਿ ਜਦੋਂ 1990ਆਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਜਿਹੜੀ ਮਿਲੀਟੈਂਟ ਮੂਵਮੈਂਟ ਡਾਊਨਫਾਲ ਆਇਆ ਤਾਂ ਨੈਸ਼ਨਲ ਮੀਡੀਆ ਨੇ ਇਹ ਨੈਰੇਟਿਵ ਬਿਲਡ ਕੀਤਾ ਕਿ ਦਿਨੇ ਸਰਕਾਰ ਜਿਹੜੀ ਆ ਪੁਲਿਸ ਦੀ ਹੁੰਦੀ ਆ ਤਾਂ ਰਾਤ ਨੂੰ ਸਰਕਾਰ ਖਾੜਕੂਆਂ ਦੀ ਹੁੰਦੀ ਆ। ਉਦੋਂ ਇੱਕ ਆਪਰੇਸ਼ਨ ਚਲਾਇਆ ਗਿਆ ਨਾਈਟ ਡੋਮੀਨੈਂਸ ਆਪਰੇਸ਼ਨ, ਜਿਹਦੇ ਵਿੱਚ 100 ਪੱਤਰਕਾਰਾਂ ਦੀ ਟੀਮ ਗੱਡੀਆਂ 'ਚ ਬਿਠਾ ਕੇ ਪਿੰਡਾਂ 'ਚ ਫੇਰੀ ਜਾਂਦੀ ਸੀ ਰਾਤ ਨੂੰ, ਅਤੇ ਪਿੰਡਾਂ 'ਚ ਅਖਾੜੇ ਲਾਏ ਜਾਂਦੇ ਸੀ ਇਹ ਦਰਸਾਉਣ ਵਾਸਤੇ ਕਿ ਮਾਹੌਲ ਠੀਕ ਆ। ਉਹਨਾਂ ਅਖਾੜਿਆਂ ਦੇ ਵਿੱਚ ਜੋ ਪਰੋਸਿਆ ਗਿਆ ਹਥਿਆਰ ਨਾਲ, ਜਦੋਂ ਇਹ ਮੂਵਮੈਂਟ ਖਤਮ ਨਹੀਂ ਹੋਈ ਤਾਂ ਉਹਨਾਂ ਨੇ ਗੀਤਾਂ ਰਾਹੀਂ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਸਟੇਟ ਦੇ ਸਪੌਂਸਰਡ ਕਲਾਕਾਰਾਂ ਨੇ ਉਸ ਢੰਗ ਦੇ ਗੀਤ ਪੇਸ਼ ਕੀਤੇ ਜਿਹੜੇ ਨੌਜਵਾਨਾਂ ਨੂੰ ਲੀਹ ਤੋਂ ਲਾਉਣ। ਪਰ ਇਹ ਜਿਹੜੀ ਮਿੱਟੀ ਆ ਇਹਦੀ ਜੋ ਖਸਲਤ ਆ, ਇੱਥੋਂ ਨਿਕਲਣ ਵਾਲਾ ਬੰਦਾ ਕਦੀ ਵੀ ਸਟੇਟ ਦੇ ਚਲਾਇਆ ਬਹੁਤਾ ਚਿਰ ਨਹੀਂ ਚੱਲੂਗਾ। ਜਦੋਂ ਆਪਣੇ ਲੋਕਾਂ ਵੱਲ ਵੇਖਦਾ ਆ, ਆਪਣੇ ਲੋਕਾਂ ਦੇ ਦਰਦ ਵੇਖਦਾ ਆ, ਉਸ ਦਰਦ ਨੂੰ ਆਪਣੇ ਗੀਤਾਂ 'ਚ ਲਿਆਊਗਾ। ਸਿੱਧੂ ਮੂਸੇਵਾਲੀ ਦੀ ਸ਼ਖਸੀਅਤ ਕਿਹੋ ਜਿਹੀ ਸੀ? ਉਹ ਆਮ ਘਰ 'ਚ ਉੱਠਿਆ ਨੌਜਵਾਨ, ਉਹਨੇ ਇੱਕੋ ਫਿਲਮ ਮੈਨੂੰ ਲੱਗਦਾ ਸਟੂਡੈਂਟ ਲਾਈਫ 'ਤੇ ਆਈ ਹੈ, ਜਿਹੜੇ ਮਾਈਗ੍ਰੇਟ ਹੋ ਕੇ ਬਾਹਰ ਦੀ ਧਰਤੀ 'ਤੇ ਪੜ੍ਹ ਰਹੇ ਨੇ, ਉਹ ਸਿੱਧੂ ਮੂਸੇਵਾਲੇ ਨੇ ਉਹ ਫਿਲਮ ਕੀਤੀ ਆ, ਉਹਨੇ ਨੌਜਵਾਨਾਂ ਦਾ ਉਹ ਦਰਦ ਪੇਸ਼ ਕੀਤਾ ਆ। ਉਸ ਤੋਂ ਬਾਅਦ ਜਦੋਂ ਕਿਸਾਨ ਮੂਵਮੈਂਟ ਚੱਲਦੀ ਆ, ਉਹਦੇ ਵਿੱਚ ਉਹਦਾ ਪੰਜਾਬ ਗੀਤ ਸੁਣਨ ਵਾਲਾ ਆ, ਉਹਨੇ ਦਿੱਲੀ ਨੂੰ ਅਤੇ ਪੰਜਾਬ ਨੂੰ ਇੱਕ ਅਲੱਗ ਐਂਟੀਟੀ ਵਾਂਗ ਪੇਸ਼ ਕੀਤਾ। ਉਸ ਤੋਂ ਬਾਅਦ ਰੀਸੈਂਟਲੀ, ਕਿਉਂਕਿ ਉਹ ਜਿਹੜੇ ਵੀਡੀਓ ਪ੍ਰੋਡਿਊਸਰ ਨੇ ਸਟਾਲਿਨ ਵੀਰ ਨਾਲ ਗੱਲ ਹੋਈ, ਉਹ ਕਹਿੰਦਾ ਕਿ SYL ਸੌਂਗ ਅਸੀਂ ਸ਼ੂਟ ਕਰਕੇ ਹਟੇ ਹਾਂ ਅਤੇ ਜੂਨ ਦੇ ਪਹਿਲੇ ਹਫ਼ਤੇ ਰਿਲੀਜ਼ ਕਰਨਾ ਸੀ। ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਇੱਕ ਦਾਇਰੇ 'ਚ ਰਹਿ ਕੇ ਚੱਲਦੇ ਜੇ ਜਿਹਦੇ ਵਿੱਚ ਤੁਹਾਡੀ ਅਸੈਪਟੈਂਸ ਹੁੰਦੀ ਆ, ਉਦੋਂ ਤੱਕ ਕੋਈ ਸਮੱਸਿਆ ਨਹੀਂ ਤੁਹਾਡੇ ਤੋਂ। ਪਰ ਜਦੋਂ ਤੁਸੀਂ ਉਸ ਦਾਇਰੇ ਤੋਂ ਬਾਹਰ ਲੰਘਦੇ ਜੇ, ਜਦੋਂ ਤੁਸੀਂ ਆਪਣੇ ਲੋਕਾਂ ਦੀ ਗੱਲ ਕਰਨ ਲੱਗਦੇ ਜੇ, ਤਾਂ ਤੁਸੀਂ ਉਦੋਂ ਲੋਕਾਂ ਸਟੇਟ ਦੀਆਂ ਅੱਖਾਂ 'ਚ ਰੜਕਦੇ ਜੇ। ਸਾਡੇ ਸਾਹਮਣੇ ਉਦਾਹਰਨ ਦੀਪ ਸਿੱਧੂ ਦੀ ਆ। ਦੀਪ ਸਿੱਧੂ ਵਕਾਲਤ ਕਰੀ ਜਾਂਦਾ ਬੰਬੇ, ਉਹਨੂੰ ਕੌਣ ਮਾਰਦਾ ਸੀ? ਉਹ ਫਿਲਮਾਂ ਕਰੀ ਜਾਂਦਾ, ਉਹਨੂੰ ਕੀ ਖਤਰਾ ਸੀ? ਪਰ ਜਦੋਂ ਉਹਨੇ ਉੱਠ ਕੇ ਆਪਣੇ ਲੋਕਾਂ ਦੀ ਗੱਲ ਕੀਤੀ, ਅੱਜ ਤੱਕ ਮੈਂ ਕਹਿੰਦਾ ਇੱਕ ਆਮ ਦੁਰਘਟਨਾ ਦੀ ਵੀ ਸਟੇਟ ਇਨਕੁਆਇਰੀ ਬਿਠਾਉਂਦੀ ਆ। ਇੱਕ ਸੈਲੀਬ੍ਰਿਟੀ ਗਈ ਆ, ਇਹ ਨਹੀਂ ਕਹਿੰਦੇ ਕਿ ਉਹਦਾ ਕਤਲ ਹੋਇਆ, ਆਮ ਸੈਲੀਬ੍ਰਿਟੀ ਵੀ ਨਹੀਂ, ਉਹ ਇੱਕ ਉਹ ਬੰਦਾ ਹੈ ਜਿਹਦੇ ਮਿਲੀਅਨ ਫੋਲੋਅਰਸ ਨੇ, ਉਹਦੇ ਮਰਡਰ ਤੋਂ ਬਾਅਦ ਜਾਂ ਐਕਸੀਡੈਂਟ ਤੋਂ ਬਾਅਦ ਵੀ ਇਨਕੁਆਇਰੀ ਨਹੀਂ ਬੈਠਦੀ, ਤਾਂ ਉੱਥੇ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਆ, ਉਹ ਸਟੇਟ 'ਤੇ ਜਾਂਦੀ ਆ, ਉਹ ਸਰਕਾਰਾਂ 'ਤੇ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਰੀਸੈਂਟਲੀ ਕਤਲ ਹੋਇਆ ਆ, ਇਹਦੇ ਵਿੱਚ ਬਕਾਇਦਾ ਸਿਕਿਉਰਿਟੀ ਘਟਾ ਕੇ ਨਾਮ ਪਬਲਿਕ ਕੀਤਾ ਜਾਂਦਾ ਕਿ ਇਹਨਾਂ ਦੀ ਸਿਕਿਉਰਿਟੀ ਘਟਾਈ ਗਈ ਆ। ਉਸ ਤੋਂ ਬਾਅਦ AN-94 ਵੈਪਨ, ਮੈਂ ਕਹਿੰਦਾ ਕਿ AN-94 ਵੈਪਨ ਇੰਡੀਆ ਦੀਆਂ ਸਿਕਿਉਰਿਟੀ ਫੋਰਸਿਸ ਕੋਲ ਅਜੇ ਤੱਕ ਨਹੀਂ ਆ, ਰਸ਼ੀਅਨ ਦੀਆਂ ਸਿਕਿਉਰਿਟੀ ਫੋਰਸਿਸ ਕੋਲ ਆ। ਉਹ ਇੱਥੇ ਇੱਕ ਜੇ ਗੈਂਗਸਟਰ ਵਰਤ ਗਿਆ ਤਾਂ ਸਟੇਟ ਦਾ ਫੇਲੀਅਰ ਆ। 10,000 ਤੋਂ ਵੱਧ ਪੈਰਾ ਮਿਲਟਰੀ ਪੰਜਾਬ 'ਚ ਡਿਪਲੋਏ ਕੀਤੀ ਗਈ ਆ। ਜੂਨ ਦਾ ਪਹਿਲਾ ਹਫ਼ਤਾ ਆ ਰਿਹਾ, ਅੱਜ 1 ਜੂਨ ਆ। ਘੱਲੂਘਾਰਾ ਹਫ਼ਤੇ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਹਾਈ ਅਲਰਟ 'ਤੇ ਆ। ਅੰਬਾਲੇ ਵਾਲਾ ਇੰਸੀਡੈਂਟ, ਮੋਹਾਲੀ ਵਾਲਾ ਇੰਸੀਡੈਂਟ, ਉਸ ਤੋਂ ਬਾਅਦ ਪੱਤਾ ਫੋਲਿਆ ਜਾ ਰਿਹਾ, ਉਹਦੇ ਬਾਵਜੂਦ ਇੱਕ ਕੰਟਰੀ ਸਾਈਡ ਜਾ ਕੇ ਬੰਦਾ ਮਾਰ ਦਿੱਤਾ ਜਾਂਦਾ ਆ। ਅੱਜ ਤੱਕ DGP ਦਾ, CM ਦਾ, ਇਹਨਾਂ ਦੇ ਆਪਸ 'ਚ ਬਿਆਨ ਨਹੀਂ ਮਿਲਦੇ। DGP ਕਹਿ ਰਿਹਾ ਕਿ ਗੈਂਗ ਵਾਰ ਦਾ ਨਤੀਜਾ ਆ, ਉਹਦੇ ਪੇਰੈਂਟਸ ਨੇ ਕਿਹਾ ਕਿ ਉਹ ਕਿਹੜੀ ਗੈਂਗ ਦਾ ਹਿੱਸਾ ਸੀ, ਤੁਸੀਂ ਇਹ ਗੱਲ ਕਿਵੇਂ ਕਹੀ? DGP ਨੇ ਅਗਲੇ ਦਿਨ CM ਦੇ ਕਹਿਣ 'ਤੇ ਉਹ ਬਿਆਨ ਬਦਲਿਆ ਆ ਕਿ ਇਹ ਇੱਕ ਇਨਕੁਆਇਰੀ ਦਾ ਵਿਸ਼ਾ, ਇਨਕੁਆਇਰੀ ਤੋਂ ਬਾਅਦ ਦੱਸਿਆ ਜਾਊਗਾ। ਉਹਦੇ ਨਾਲ ਜਿਹੜਾ ਨੈਰੇਟਿਵ ਮੀਡੀਆ ਦੇ ਵਿੱਚ ਚਲਾਇਆ ਜਾਂਦਾ ਕਿ ਪੰਜਾਬ ਦੇ ਵਿੱਚ ਗੈਂਗਵਾਰ ਜਿਹੜੀ ਬਹੁਤ ਸਿਖਰਾਂ 'ਤੇ ਆ, 2 ਗੈਂਗ ਰੱਖੇ ਹੋਏ ਨੇ ਪੰਜਾਬ 'ਚ, ਇੱਕ ਬੰਬੀਹਾ ਗਰੁੱਪ ਅਤੇ ਦੂਸਰਾ ਗੈਂਗ ਜਿਹੜਾ ਲੋਰੈਂਸ ਬਿਸ਼ਨੋਈ। ਕੋਈ ਨੌਜਵਾਨ ਪੰਜਾਬ ਦਾ ਕਤਲ ਕੀਤਾ ਜਾਂਦਾ ਆ, ਇਹਨਾਂ 'ਚ ਇੱਕ ਗੈਂਗ ਜ਼ਿੰਮੇਵਾਰੀ ਲੈ ਲੈਂਦਾ ਆ, ਦੂਜਾ ਗੈਂਗ ਬਦਲਾ ਲੈਣ ਦੀ ਗੱਲ ਕਰਦਾ ਆ। ਦੋਵੇਂ ਗੈਂਗ, ਜੇ ਇਹ ਕਹਿੰਦੇ ਆ ਕਿ ਬਿਸ਼ਨੋਈ ਗੈਂਗ ਨੇ ਜਾਂ ਬਰਾੜ ਨੇ ਜ਼ਿੰਮੇਵਾਰੀ ਲਈ ਆ, ਕੀ ਪੰਜਾਬ ਪੁਲਿਸ ਨੇ, ਕੀ ਇੰਡੀਆ ਦੀਆਂ ਕਿਸੇ ਸਿਕਿਉਰਿਟੀ ਏਜੰਸੀ ਨੇ ਇੰਟਰਪੋਲ ਦੇ ਨਾਲ ਸੰਪਰਕ ਕੀਤਾ ਕਿ ਕੈਨੇਡਾ 'ਚ ਬੈਠਾ ਬੰਦੇ ਨੇ ਇੱਥੇ ਕਤਲ ਕਰਵਾਇਆ, ਉਹਨੂੰ ਲਿਆਓ ਇੱਥੇ? ਕੀ ਲੋਰੈਂਸ ਬਿਸ਼ਨੋਈ ਇਹਨਾਂ ਦੀ ਜੇਲ੍ਹ 'ਚ ਬੈਠਾ, ਅੱਧਾ ਦਹਾਕਾ ਹੋ ਗਿਆ ਉਹਨੂੰ ਜੇਲ੍ਹ 'ਚ ਬੈਠੇ ਨੂੰ, ਉਹ ਹਜੇ ਤੱਕ ਵੀ ਬੰਦੇ ਮਰਵਾਈ ਜਾ ਰਿਹਾ, ਫਿਰ ਆਮ ਬੰਦਿਆਂ ਦੀ ਸਿਕਿਉਰਿਟੀ ਕਿੱਥੇ ਗਈ? ਇਹ ਸਾਰੀਆਂ ਚੀਜ਼ਾਂ ਅੱਜ ਸਾਡੇ ਸਾਹਮਣੇ ਇੱਕ ਵੱਡਾ ਸਵਾਲ ਬਣ ਕੇ ਖੜਦੀਆਂ ਨੇ। ਯੂਨੀਵਰਸਿਟੀ 'ਚੋਂ ਨਿਕਲਣ ਵਾਲੇ ਵਿਦਿਆਰਥੀਆਂ ਨੇ ਸਮਾਜ ਦੀ ਸਿਰਜਣਾ ਕਰਨੀ ਹੁੰਦੀ ਆ, ਅਸੀਂ ਕਿਹੋ ਜਿਹੇ ਸਮਾਜ 'ਚ ਜਾਵਾਂਗੇ? ਜਿੱਥੇ ਤੁਰੇ ਜਾਂਦੇ ਇੱਥੋਂ ਘਰ ਨੂੰ ਤੁਰੇ ਆ, ਪਤਾ ਨਹੀਂ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ, ਅਸੀਂ ਉਸ ਸਮਾਜ 'ਚ ਜਾ ਕੇ ਕੰਮ ਕਰਨਾ ਨਾ? ਬਕਾਇਦਾ ਪੰਜਾਬ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਪਿੰਡਾਂ 'ਚ, ਇੱਕ ਅਖਾਣ ਆ ਕਿ ਮਾਰੇ ਨਾਲੋਂ ਭਜਾਇਆ ਚੰਗਾ। ਪੰਜਾਬ ਦੇ ਲੋਕਾਂ ਨੇ ਜਦੋਂ ਹੱਕ ਮੰਗੇ ਸੀ ਮਾਰਿਆ ਗਿਆ, ਪਰ ਉਸ ਤੋਂ ਬਾਅਦ ਪਾਲਿਸੀ ਚੇਂਜ ਕੀਤੀ, ਮਾਰੇ ਨਾਲੋਂ ਭਜਾਇਆ ਚੰਗਾ। ਇਹੋ ਜਿਹੇ ਹਾਲਾਤ ਬਣਾਏ ਗਏ ਪੰਜਾਬ ਦੇ ਕਿ ਪੰਜਾਬ ਦੇ ਨੌਜਵਾਨ ਮਾਈਗ੍ਰੇਸ਼ਨ 'ਤੇ ਮਜਬੂਰ ਹੋ ਗਏ, ਉਹ ਪੰਜਾਬ ਛੱਡ ਕੇ ਜਾਣ ਲੱਗ ਪਏ। ਹੁਣ ਕੀ ਕੀਤਾ ਜਾ ਰਿਹਾ? ਇੱਕ ਵੱਡਾ ਸ਼ੌਕ ਦਿੱਤਾ ਜਾਂਦਾ, ਦੀਪ ਸਿੱਧੂ ਦੀ ਮੌਤ, ਸਿੱਧੂ ਮੂਸੇਵਾਲੇ ਦੀ ਮੌਤ, ਉਸ ਤੋਂ ਬਾਅਦ ਇੱਕ ਨੈਰੇਟਿਵ ਚੱਲਦਾ ਕਿ ਪੰਜਾਬ ਰਹਿਣ ਲਾਇਕ ਨਹੀਂ ਰਿਹਾ।
मैं कहना अच्छ गवर्नमेंट का डेटा कढ़ के देख लो पंजाब दे विच वायलेंस पंजाब च क्राइम सारे देश नालों घट आ। फिर ये नैरेटिव चलाने वाले बंदियां तो सुचेत रहो, पंजाब दे लोकां ने इन्हां दा हम दो हमारे दो वाली पॉलिसी के तहत अपनी पॉपुलेशन कंट्रोल की आ, जदों की पॉपुलेशन कंट्रोल करन दी लोड़ हिंदी बैल्ट नूं सी, उन्हां दी पॉपुलेशन इत्थे पहुँच रही, साडे नौजवान पंजाब छड्ड के विदेशों नूं जा रहे आ, एक एक दो दो माँ प्यो दे पुत आ, कोई माइग्रेट हो जाता, कोई एक्सीडेंट च मरदा आ, कोई मार दिता जांदा आ। ये बड़ा क्राइसिस वाली सिचुएशन आ। तुसीं जिहड़ा बंदा कहिंदा कि पंजाब च रहण वाले माहौल नहीं, उहनूं पुछो कि विदेश जाके अमर हो जाएगा। कोई देश की किसी देश की सरकार सर्टिफिकेट कट के दिंदी है कि उत्थे आके बंदा नहीं मरूगा। अमेरिका च हर दूजे दिन उत्थे कितने ना कितने मास शूटिंग होंदी है, बंदे मरते हैं। इसलिए ये सारे नैरेटिव तुहानूं समझण दी लोड़ आ। इस करके जिहड़ा मार्च रखिया शलाघा योग आ, हालांकि आप बड़े वीर किंतु परंतु करते हैं कि आ साडा कल्चर का हिस्सा नहीं कैंडल लाइट, भी ये कितने वैसटर्न कल्चर चो, फिर तो यूनीवर्सिटी भी वैसटर्न कल्चर चो, इसलिए जिहड़े सिस्टम च असीं पढ़ते हैं उहदे हिसाब नाल ही काम करना पैंदा आ। मैं इन्हां वीर गुरविंदर सिंह होणा का बहुत धन्यवादी हाँ कि इन्होंने उद्यम किया आ कि नौजवान असी इस चीज़ को लैके सुचेत हो। ये साडी धरती आ, इहदे उत्ते पिछले पांच सदियां तो असी मणा मूंह खून डोलिया, इहदे उत्ते साडा दावा आ। इन्हां इंसीडेंट्स तों प्रभावित होकर कभी पंजाब छड्डण की गल ना करिए, जिहड़े वीर साडे बाहर गए उन्हां नूं मोड़िए। एडे एडे वड्डे इंस्टीट्यूट्स आ, इत्थे 550 एकड़ च यूनीवर्सिटी बनी है, 550 एकड़ च पटियाले वाली यूनीवर्सिटी है, इन्ने ही रकबे दे विच पंजाब यूनीवर्सिटी है। ये इंस्टीट्यूट्स किहदे वास्ते ने, इत्थे नाल साडे IIM खुल्ला आ, IIT आ, इत्थे आईसर आ, नाइपर आ, किहड़ा इंस्टीट्यूट पंजाब च नहीं आ। इत्थे एम्स खुल चुका आ, PGIMR संगरूर खुल्ला आ, अहीं नहीं पढ़ना कौन पढ़ेगा? जे दावा छड्डांगे तां दूजी धरती वाले तां तैयार बैठे आ थां मलण नूं। इस लई सारे वीरां नूं बेनती आ, अजिहे इंसीडेंट्स का पूरा विरोध करिया करो, तो समझिया करो। हमेशा तय होंदी है किसी के कतल पिछे, जदों कोई पब्लिक सैलीब्रिटी मरदी आ, एक मौत का असर 100 मौत जिन्ना आ। इन्हें जिहड़ा पंजाब च पिछले 2-3 दिनों तो माहौल बनाया उसनूं समझो, ये बकायदा माहौल सिरजिया जा रहा कि पंजाब के लोग ये कहण कि साडे धीआं पुत्तर इत्थे सुरक्षित नहीं, वह धरती छड्डण ते इत्थों जाण। पर असीं उहनां समयां च दावा नहीं छड्डिया जदों साडे सिरां दे मुल पैंदे सी, 700 गड्डा सिरां दा लद के दिल्ली लग्गिया सी। असी उन्हां समयां च कहिंदे सी जदों पातशाह ने सिखां नूं कहा आनंदपुर दे किले च कि मैं तुहानूं सारी सृष्टि का राज दिंदा, उन्हां कहा नहीं पातशाह पंजाब का राज चाहिदा, कहिंदे हिंदुस्तान का राज दिंदा नहीं पंजाब का राज चाहिदा। जिद करके लड़के पंजाब का राज रहा, तो तुहाडे कोल 200-250 किलोमीटर का पंजाब है, जे तुसीं इहनूं भी छड्ड जाओगे तो फिर तुसीं अपने इतिहास से पोचा फेर रहे। जे तुसीं उन्हां दी औलाद नहीं हो सकते जिन्हां ने इन्ना जबर सह के भी पंजाब नहीं छड्डिया, जिहड़े अपना सारा घर घाट छड्ड के वगदे खूह छड्ड के सारे इत्थे पंजाब आके वसे आ, उन्हां बजुर्गों की कदर करिए, इस धरती तो अपना दावा ना छड्डिए। इस इन्हां गल्लां दे नाल मैं अपनी जिहड़ी गल समेटदा आ। वाहिगुरू जी का खालसा, वाहिगुरू जी की फतेह।